ਸਤਿ ਸ਼੍ਰੀ ਅਕਾਲ ਦੋਸਤੋ, ਆਇਲਸ ਪਲਾਜ਼ਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ। ਸਪਾਊਸ ਵੀਜ਼ੇ ਦੇ ਲਈ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕੈਨੇਡਾ ਤੋਂ। ਦੇਖਾਂਗੇ ਓਪਨ ਸਪਾਊਸ ਵਰਕ ਪਰਮਿਟ ਦੇ ਲਈ ਕੀ ਨਵਾਂ ਐਲਾਨ ਕੀਤਾ ਗਿਆ। ਖਬਰ ਕਾਫੀ ਜ਼ਰੂਰੀ ਹੈ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕੁਐਸਟ ਆ, ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ, ਤਾਂ ਕਿ ਅੱਗੇ ਚੱਲ ਕੇ ਜੋ ਵੀ ਅਪਡੇਟਾਂ ਆਪਣੇ ਕੋਲ ਆਉਂਦੀਆਂ ਨੇ ਆਪਾਂ ਤੁਹਾਡੇ ਤੱਕ ਕੈਨੇਡਾ ਦੇ ਬਾਰੇ, ਇਮੀਗ੍ਰੇਸ਼ਨ ਦੇ ਬਾਰੇ ਪਹੁੰਚਾਉਂਦੇ ਰਹੀਏ। ਜਿਵੇਂ ਕਿ ਤੁਹਾਨੂੰ ਪਤਾ ਵੀ ਕੈਨੇਡਾ ਦੇ ਵੱਲੋਂ ਜਿਹੜਾ ਸਪਾਊਸ ਵਰਕ ਪਰਮਿਟ ਸੀ, ਖਾਸ ਕਰਕੇ ਉਹ ਕੁੜੀਆਂ ਜੋ ਕਿ ਪਲੱਸ ਟੂ ਤੋਂ ਬਾਅਦ ਕੈਨੇਡਾ ਪਹੁੰਚਦੀਆਂ ਸੀ, ਉਹਨਾਂ ਦੇ ਜਿਹੜਾ ਸਪਾਊਸ ਜਿਹੜਾ ਉਹਨਾਂ ਦਾ ਸਪਾਊਸ ਸੀ ਜੋ ਕਿ ਇੰਡੀਆ ਵਿੱਚ ਹੁੰਦਾ ਸੀ, ਉਹਦਾ ਵੀਜ਼ਾ ਲਗਾਉਣਾ ਬੰਦ ਕਰ ਦਿੱਤਾ ਸੀ। ਯਾਨੀ ਕਿ ਕੁਝ ਰੂਲਾਂ ਦੇ ਵਿੱਚ ਸਖਤੀ ਕੀਤੀ ਗਈ ਸੀ, ਜਿਸਦੇ ਬਾਰੇ ਤੁਸੀਂ ਜਾਣ ਹੀ ਜਾਣੋ। ਯਾਨੀ ਕਿ ਜੇ ਕੋਈ ਮਾਸਟਰ ਡਿਗਰੀ ਲਈ ਕੋਈ ਲੜਕੀ ਜਾ ਰਹੀ ਹੈ ਤਦ ਹੀ ਉਹ ਆਪਣੇ ਸਪਾਊਸ ਨੂੰ ਬੁਲਾ ਸਕਦੀ ਹੈ। ਅਤੇ ਹੁਣ ਜਿਹੜੇ ਕਿ ਓਪਨ ਸਪਾਊਸ ਵਰਕ ਪਰਮਿਟ, ਯਾਨੀ ਕਿ ਇੱਕ ਜਿਹੜਾ ਕਿ ਬੱਚਾ ਹੈਗਾ, ਇੱਕ ਲੜਕੀ ਹੈ ਜਿਹੜੀ ਕਿ ਸਟੱਡੀ ਪਰਮਿਟ ਦੇ ਉੱਤੇ, ਸਟੂਡੈਂਟ ਵੀਜ਼ਾ ਉੱਤੇ ਕੈਨੇਡਾ ਗਈ ਆ, ਜੇ ਉਹਦਾ ਹਸਬੈਂਡ ਜਾਂ ਫਿਰ ਕੋਈ ਲੜਕਾ ਜਿਹੜਾ ਕਿ ਕੈਨੇਡਾ ਗਿਆ ਅਤੇ ਉਹਦੀ ਜਿਹੜੀ ਕਿ ਵਾਈਫ ਆ ਉਹ ਕੈਨੇਡਾ ਵੀਜ਼ਾ ਅਪਲਾਈ ਕਰਦੇ ਆ, ਤਾਂ ਉਹ ਓਪਨ ਸਪਾਊਸ ਵਰਕ ਪਰਮਿਟ ਹੋ ਗਿਆ। ਤਾਂ ਇਹਦੇ ਵਿੱਚ ਇੱਕ ਨਵਾਂ ਰੂਲ ਲੈ ਕੇ ਆਉਂਦਾ ਗਿਆ ਵੀ ਜਿਹੜਾ ਵੀ ਬੰਦਾ ਓਪਨ ਸਪਾਊਸ ਵਰਕ ਪਰਮਿਟ ਦੇ ਲਈ 22 ਜਨਵਰੀ 2024 ਤੋਂ ਬਾਅਦ ਜਿਹਨੇ ਵੀ ਅਪਲਾਈ ਕੀਤਾ, ਉਹਨੂੰ ਹੁਣ ਐਨਰੋਲਮੈਂਟ ਲੈਟਰ ਦੀ ਡਿਮਾਂਡ ਰੱਖੀ ਗਈ ਹੈ। ਐਨਰੋਲਮੈਂਟ ਲੈਟਰ ਕੀ ਹੋਊਗਾ ਉਹਦੀ ਆਪਾਂ ਗੱਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਮਤਲਬ ਕਿ ਜੇ ਤੁਸੀਂ ਆਪਣੀ ਫਾਈਲ ਲਗਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਐਨਰੋਲਮੈਂਟ ਲੈਟਰ ਚਾਹੀਦਾ। ਐਨਰੋਲਮੈਂਟ ਲੈਟਰ ਜਿਹੜਾ ਤਦ ਇਸ਼ੂ ਹੋਊਗਾ ਜਦ ਜਿਹੜਾ ਵੀ ਸਪਾਊਸ ਆ ਜਿਹੜਾ ਕਿ ਕੈਨੇਡਾ ਗਿਆ ਅਤੇ ਉਹ ਰਜਿਸਟਰ ਹੋਇਆ, ਉਹਨੇ ਕਲਾਸਾਂ ਅਟੈਂਡ ਕੀਤੀਆਂ ਨੇ ਕੈਨੇਡਾ ਵਿੱਚ ਕਾਲਜ ਵਿੱਚ ਜਾ ਕੇ, ਤਦ ਹੀ ਉਹਨੂੰ ਜਿਹੜਾ ਕਿ ਐਨਰੋਲਮੈਂਟ ਲੈਟਰ ਇਸ਼ੂ ਕੀਤਾ ਜਾਂਦਾ। ਅਤੇ ਉਹ ਐਨਰੋਲਮੈਂਟ ਲੈਟਰ ਹੁਣ ਉਹਦੇ ਸਪਾਊਸ ਦੇ ਕੇਸ ਦੇ ਵਿੱਚ ਜਿਹੜਾ ਕਿ ਉਹਦਾ ਸਪਾਊਸ ਓਪਨ ਸਪਾਊਸ ਵਰਕ ਪਰਮਿਟ ਅਪਲਾਈ ਕਰ ਰਿਹਾ, ਉਹਦੇ ਵਿੱਚ ਉਸ ਐਨਰੋਲਮੈਂਟ ਲੈਟਰ ਦੀ ਰਿਕੁਆਇਰਮੈਂਟ ਰੱਖ ਦਿੱਤੀ ਗਈ ਹੈ। ਅਜਿਹਾ ਕਿਸ ਲਈ ਕੀਤਾ ਗਿਆ ਵੀ ਮੰਨ ਲਓ ਵੀ ਕੁਝ ਬੱਚੇ ਉੱਥੇ ਪਹੁੰਚਦੇ ਆ, ਸਟੱਡੀ ਪਰਮਿਟ ਲੈ ਕੇ ਜਾਂਦੇ ਆ ਪਰ ਕਲਾਸਾਂ ਨਹੀਂ ਲਾਉਂਦੇ ਹੈਗੇ, ਇੱਧਰ ਉੱਧਰ ਹੋਰ ਕਿਸੇ ਆਪਦਾ ਸਟੇਟਸ ਚੇਂਜ ਕਰ ਲੈਂਦੇ ਆ, ਇਹ ਚੀਜ਼ ਮਤਲਬ ਕਿ ਪੱਕੀ ਕਰਨ ਦੇ ਲਈ ਵੀ ਜਿਹੜਾ ਵੀ ਬੱਚਾ ਉਹ ਗਿਆ ਉਹ ਹੁਣ ਉਹਨੇ ਕਲਾਸਾਂ ਅਟੈਂਡ ਕੀਤੀਆਂ ਨੇ ਅਤੇ ਉਹਨੇ ਕਾਲਜ ਵਿੱਚ ਜਾ ਕੇ ਆਪਣੀ ਪਹੁੰਚ ਕੀਤੀ ਆ, ਤਦ ਹੀ ਉਹਨੂੰ ਐਨਰੋਲਮੈਂਟ ਲੈਟਰ ਮਿਲਿਆ ਅਤੇ ਉਹ ਹੁਣ ਐਨਰੋਲਮੈਂਟ ਲੈਟਰ ਲੱਗੂਗਾ ਉਹਦੇ ਸਪਾਊਸ ਦੀ ਫਾਈਲ ਦੇ ਵਿੱਚ। ਤਾਂ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਹੋਰ ਕੋਈ ਨਵੀਂ ਅਪਡੇਟ ਜਿੱਦਾਂ ਹੀ ਆਉਂਦੀ ਹੈ ਚੈਨਲ 'ਤੇ ਸ਼ੇਅਰ ਕਰਾਂਗੇ। ਧੰਨਵਾਦ ਜੀ ਸਾਰਿਆਂ ਦਾ।